ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਤੇ ਡਾਕਟਰ ਰਤਨ ਸਿੰਘ ਅਜਨਾਲਾ ਵੱਲੋਂ ਹਾਈ ਕੋਰਟ ਦਾ ਧੰਨਵਾਦ। 1984 ਸਿੱਖ ਦੰਗਾ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੇ ਨਵੇਂ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਡਾਕਟਰ ਰਤਨ ਸਿੰਘ ਅਜਨਾਲਾ ਨੇ ਹਾਈ ਕੋਰਟ ਦਾ ਧੰਨਵਾਦ ਕੀਤਾ ਹੈ। ਦੇਖੋ 1984 'ਚ ਜੋ ਸਿੱਖਾਂ ਦੀ ਨਸਲ ਪੂਰੀ ਹੋਈ ਹੈ, ਸੱਜਣ ਕੁਮਾਰ ਉਹਨਾਂ ਦਾ ਲੀਡਰ ਸੀਗਾ। ਪਿਛਲੇ 34 ਸਾਲ ਤੋਂ ਸਿੱਖ ਕੌਮ ਇਹਨਾਂ ਦੇ ਖਿਲਾਫ ਲੜਾਈ ਲੜ ਰਹੀ ਹੈ, ਪਰ ਕਾਂਗਰਸ ਦੀਆਂ ਸਰਕਾਰਾਂ ਕਰਕੇ ਹਮੇਸ਼ਾ ਬੇਇਨਸਾਫੀ ਹੁੰਦੀ ਰਹੀ ਆ। ਇਹਨਾਂ ਦੇ ਕਿਸੇ ਦਿਨ ਕੇਸ ਨਹੀਂ ਕੀਤਾ। ਮੈਂ ਆਪਣੇ ਜੁਡੀਸ਼ਰੀ ਦਾ ਬੜਾ ਧੰਨਵਾਦੀ ਹਾਂ, ਜਿਨ੍ਹਾਂ ਨੇ ਬਹੁਤ ਠੀਕ ਫੈਸਲਾ ਲਿਆ। ਇਹ ਲੋਕਾਂ ਦੀ ਮੰਗ ਸੀ।